اسلام علیکم جی, میں تھوڑا اپنا ہوسٹ بابا جی سیو ہسٹوریکل پلیسز آف پاکستان اور کھورے سچ سنتالی دے بٹر ٹروتھس آف 1947 آرکائیو 47 نو لے کے میں پہنچیا ہوں آج پنڈ کوٹلی رام داس. کوٹلی رام داس چوتھے پاتشاہ گرو رام داس جی دے نام تے وسایا گیا جڑا پنڈ سی بالکل اتھوں تقریباً 4 to 4.5 کلومیٹر جڑا ہے گرداسپور دا بارڈر ہے اور دریائے راوی ہے اور راوی نو کراس کرو تے اگے انڈین ٹیریٹریز جڑیاں نے وہ شروع ہو جاندیاں نے اور ایسٹ پنجاب شروع ہو جاندا ہے. پنجاب دی ونڈ دا جدوں وی پھولو جدوں وی گل کرو اکھاں دے وچ ہنجو آ جاندے نے. اپنی مٹی دا پیار لے کے ہر بندہ جڑا ہے وہ بہت کانشیس ہوندا ہے اور اونوں او چیز جڑی ہے بہت تنگ کردی ہے. مٹی دا پیار جنم پومی جتھے بندہ جمیا ہوندا ہے وہ مٹی تا حیات نہیں بھلدی. اینا ہی کھورے سچاں نوں لے کے میں ایک واری پھر حاضر ہویا ہاں. میرے نال نے بزرگ انہاں نال گل بات کرنی ہے جی. بزرگو کی نام تہاڈا؟ میرا نام سید علی. ذرا اچھی تھوڑا بولو. سید علی. سید علی تہاڈے والد صاحب دا کی نام سی؟ فتح محمد. فتح محمد. تے تہاڈے پنڈ دا کی نام سی؟ بوانی. بوانی. اور ناگے کیڑی جگہ سی؟ لاگے جنگلا سی, جنگ گجراں دا پنڈ. ہاں جی. پر جڑا کھنی کوئی گروٹا جڑے موٹے موٹے پنڈ گروٹا گروٹا ترکا دا. ٹھیک ہے. تے جنڈی چونتا دو پنڈ سی جی. تے نال تسی دسیا کہ دینا نگر. دینا نگر او تو ساڈو تین کوہراں سی. اچھا. دینا نگر بالکل کول سی. لیندے بننے لیندے والے بننے سی. اچھا تسی دسو کہ بھی تہاڈوں کی تسی اوتھے کی تہاڈی کتنی عمر سی جدوں پنجاب دی ونڈ؟ میں 12-14 سال دا. مطلب کہ تہانوں پوری ہوش سی پنجاب؟ بالکل. اچھا مین تسی اے دسو کہ تہاڈی اوتھے کتنی زمین سی, تہاڈے بزرگ اوتھے کی کردے سن, وڈے تہاڈے جڑے نے اوتھے انہاں دا کی پیشہ سی؟ واہی کردے سن. واہی بیجی کردے سن. واہی بیجی تہاڈی کتنی زمین سی؟ ਸਾਡੀ ਕੋਈ ਜ਼ਮੀਨ 15-18 ਕਿੱਲੇ ਸੀ ਉਹਦੇ. ਅੱਛਾ 15-18 ਕਿੱਲੇ ਸੀ. ਆਇਆ ਇੱਥੇ ਆ ਕੇ ਉਨੀ ਦੁਬਾਰਾ ਮਿਲੀ? ਨਹੀਂ. ਕਿੰਨੀ? ਪਠਾਨਕੋਟ ਲਿਖੀ ਪੜੀ ਗੱਲ ਹੈ. ਗੁਰਦਾਸਪੁਰ ਤੇ ਬਟਾਲਾ ਇਹ ਨੰਬਰ ਰੱਖਿਆ, ਇਹਦੇ ਯੂਨਿਟ ਦੂਣੇ ਦੂਣੇ, ਉਹਦੇ ਦੂਣੇ ਘੱਟ ਕਰ ਦਿੱਤੇ, ਕਮਜ਼ੋਰ ਲਿਖ ਦਿੱਤੇ. ਅੱਛਾ ਅੱਛਾ. ਘੱਟ ਲਿਖ ਦਿੱਤੇ ਗਏ. ਕੁਦਰਤੀ ਉਹਨਾਂ. ਵੈਸੇ ਤਾਂ ਗੱਲ ਹੈ ਕਿ ਜਦੋਂ 46 ਦੀ ਵੋਟ ਪਏ ਸਨ ਉਸ ਵੇਲੇ ਤਾਂ ਗੁਰਦਾਸਪੁਰ ਔਰ ਬਟਾਲਾ ਔਰ ਪਠਾਨਕੋਟ ਪਾਕਿਸਤਾਨ ਦਾ ਹਿੱਸਾ ਸੀ ਹੈ, ਤੇ ਐਨ ਟਾਈਮ ਦੇ ਉੱਤੇ ਆ ਕੇ ਪਤਾ ਲੱਗਾ ਕਿ ਵੀ ਐਪ ਇੰਡੀਅਨ ਦਿੱਤੇ ਜਾ ਰਹੇ ਨੇ. ਜਦਕਿ ਕਿਉਂਕਿ ਮੁਸਲਿਮ ਸਟੇਟ ਸਨ ਔਰ ਮੁਸਲਿਮ ਸਟੇਟ ਜਿਹੜੀਆਂ ਸਨ ਪਾਕਿਸਤਾਨ ਦੇ ਵਿੱਚ ਮਿਲਣੀਆਂ ਸਨ. ਆਖਰ ਇਹਦੇ ਪਿੱਛੇ ਕੀ ਵਜ੍ਹਾ ਸੀ ਕਿ ਵੀ ਜਿਹੜਾ ਗੁਰਦਾਸਪੁਰ ਬਟਾਲਾ ਔਰ ਜਿਹੜਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੋ ਜ਼ਿਲ੍ਹੇ ਜੀ ਐਮ ਪਾਕਿਸਤਾਨ ਦੇ ਚਾਣੇ ਸਨ, ਇਹਦੇ ਆ ਵੀ ਗਏ ਸੀ? ਔਰ ਕੀ ਤੁਸੀਂ ਕੀ ਕਹਿੰਦੇ ਹੋ ਇਹ ਕਿਉਂ? ਅਸੀਂ ਆਨੇ ਕਿ ਇਹਨੇ ਰਿਸ਼ਵਤ ਲੈ ਕੇ ਦੋ ਜ਼ਿਲ੍ਹੇ ਕੱਟ ਦਿੱਤੇ. ਦੋ ਜ਼ਿਲ੍ਹੇ ਕੱਟੇ ਗਏ ਪਾਕਿਸਤਾਨ ਚੋਂ? ਠੀਕ ਹੈ. ਕਿਉਂਕਿ ਫਿਰੋਜ਼ਪੁਰ ਵੀ ਗਿਆ, ਮਲੇਰਕੋਟਲਾ ਵੀ ਗਿਆ ਉਹਦੇ ਵਿੱਚ, ਅਤੇ ਕਸੂਰ ਔਰ ਲਾਹੌਰ ਪਾਕਿਸਤਾਨ ਨੂੰ ਮਿਲ ਗਏ ਸੀ. ਠੀਕ. ਦੋ ਦੇ ਕੇ ਅਤੇ ਦੋ ਲੈ ਕੇ ਅਤੇ ਪੰਜ ਦਿੱਤੇ, ਕਿਉਂਕਿ ਪੰਜ ਸਟੇਟਾਂ ਜਿਹੜੀਆਂ ਸਨ. ਬਹੁਤ ਨਹੀਂ ਪਤਾ ਜਿੰਨਾ ਉੱਨੀ ਹੋ ਜਾਵੇ. ਜਿਹੜਾ ਗੁਰਦਾਸਪੁਰ ਸੀ ਇਹ ਵੀ ਜ਼ਿਲ੍ਹਾ ਗੁਰਦਾਸਪੁਰ ਜੀ? ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਵੀ ਬੈਠੇ? ਅੱਜ ਵੀ ਜੀ ਜੀ. ਜਿਹੜੇ ਗੁਰਦਾਸਪੁਰ ਅਤੇ ਜਿਹੜਾ ਅੰਮ੍ਰਿਤਸਰ ਸੀ, ਹਾਂਜੀ, ਇਹ ਜ਼ਿਲ੍ਹਾ ਅਤੇ ਦੋਵੇਂ ਪਹਿਲੇ ਦੋ ਦਿਨ ਪਾਕਿਸਤਾਨ ਬੋਲੇ ਨਾ ਅਤੇ ਰਹੇ ਨਾ ਜੀ. ਬਿਲਕੁਲ. ਅੱਛਾ ਰਹੇ ਨੇ ਅਤੇ ਜਿਸ ਵਕਤ ਤੀਸਰਾ ਚੌਥਾ ਦਿਨ ਹੋਇਆ ਅਤੇ ਉਹ ਹਿੰਦੁਸਤਾਨ ਚ ਆ ਗਏ. ਇਹ ਦੇਖੋ ਇਹ ਗੱਲ ਮੈਂ ਅਕਸਰ ਕਰਨਾ ਵਾਂ. 1946 ਦੇ ਜਿਹੜੇ ਇਲੈਕਸ਼ਨ ਨੇ ਉਹਨਾਂ ਬਾਰੇ ਗੱਲ ਕਰ ਰਹੇ ਨੇ ਕਿ ਜਦੋਂ 46 ਦੇ ਵਿੱਚ ਗੁਰਦਾਸਪੁਰ, ਪਠਾਨਕੋਟ, ਮਲੇਰਕੋਟਲਾ, ਫਿਰੋਜ਼ਪੁਰ ਔਰ ਬਟਾਲੇ ਦੀ ਤਹਿਸੀਲ ਜਿਹੜੀ ਹੈ ਇਹ ਪਾਕਿਸਤਾਨ ਦਾ ਹਿੱਸਾ ਸੀ. ਆਖਰ ਇਹਦੇ ਪਿੱਛੇ ਕੀ ਵਜੂਹਾਤਾਂ ਸਨ ਕਿ ਪਾਕਿਸਤਾਨ ਦੇ ਇਹ ਇਲਾਕੇ ਕੱਟ ਕੇ ਜਿਹੜੇ ਨੇ ਉਹ ਹਿੰਦੁਸਤਾਨ ਦੇ ਵਿੱਚ ਦੇ ਦਿੱਤੇ ਗਏ, ਈਸਟ ਪੰਜਾਬ ਦੇ ਹਿੱਸੇ ਦੇ ਵਿੱਚ ਆਏ? ਅਗਰ ਅੱਜ ਪਠਾਨਕੋਟ, ਮਲੇਰਕੋਟਲਾ, ਫਿਰੋਜ਼ਪੁਰ ਔਰ ਗੁਰਦਾਸਪੁਰ ਦੀਆਂ ਸਟੇਟਾਂ ਜਿਹੜੀਆਂ ਨੇ ਅਗਰ ਪਾਕਿਸਤਾਨ ਦੇ ਵਿੱਚ ਸ਼ਾਮਲ ਹੈ ਤਾਂ ਪਾਕਿਸਤਾਨ ਇੱਕ ਵਿਸ਼ਾਲ ਪੰਜਾਬ ਦਾ ਮਾਲਕ ਸੀ. ਬਰਕੈਫ ਪੰਜਾਬ ਉੱਧਰ ਹੈ, ਪੰਜਾਬ ਇੱਧਰ ਵੀ ਹੈ. ਅਸੀਂ ਇਸ ਗੱਲ ਨੂੰ ਜਿਹੜੀ ਇੰਟਰਨੈਸ਼ਨਲ ਬਾਉਂਡਰੀਜ਼ ਨੇ ਉਸ ਚੀਜ਼ ਨੂੰ ਹੁਣ ਤਸਲੀਮ ਕਰਦੇ ਹਾਂ ਅਸੀਂ ਔਰ ਉਸ ਦੀ ਰਿਸਪੈਕਟ ਕਰਦੇ ਹਾਂ. ਦੋਵਾਂ ਕੰਟਰੀਜ਼ ਦੇ ਵਿੱਚ ਜਿਹੜੀ ਇੱਕ ਬਫਰ ਜ਼ੋਨ ਬਣਿਆ ਜਾਂ ਜ਼ੀਰੋ ਪੁਆਇੰਟ ਰੱਖਿਆ ਗਿਆ. ਅਤੇ ਤੁਸੀਂ ਮੈਨੂੰ ਦੱਸੋ ਜਦੋਂ ਤੁਸੀਂ ਉਸ ਵੇਲੇ ਨਿਕਲੇ ਹੋ ਉੱਥੋਂ, ਆਹੋ, ਅਤੇ ਉੱਥੇ ਕੀ ਕੀ ਆਲਮ ਤੁਸੀਂ ਦੇਖਿਆ? ਜਿਸ ਵਕਤ ਨਿਕਲੇ ਹਾਂ ਤੇ ਇਹ ਵੇਲਾ ਹੋਇਆ, ਹਾਂਜੀ, ਤੇ ਸਾਡੇ ਬੱਕਰਵਾਲ ਚਨਿਆਲ ਪਿੰਡ, ਹਾਂਜੀ, ਉੱਥੋਂ ਦਾ ਪਟਵਾਰੀ ਸਾਡੇ ਉੱਥੇ ਸੀ. ਇੱਥੋਂ ਜੇ ਉੱਧਰੋਂ ਜਾਈਏ ਸਿੱਧੇ ਸਾਡਾ ਪਿੰਡ ਨਜ਼ਦੀਕ ਹੈ. ਜੀ ਜੀ. ਪਟਵਾਰੀ ਚਲੇ ਗਿਆ. ਉਹਨੇ ਕਿਹਾ ਤੁਸੀਂ ਰਹਿ ਨਹੀਂ ਸਕਦੇ, ਚਲੇ ਜਾਓ, ਅਸੀਂ ਆ ਗਏ ਹਾਂ, ਘਰ ਛੱਡ ਆਏ ਹਾਂ, ਵਿਜਿਟ ਹੋ ਕੇ ਜਾਓਗੇ. ਅਤੇ ਚਾਹੇ ਜਿਹੜੇ ਸਾਡੇ ਸਿਆਣੇ ਬੰਦੇ ਸੀ ਜਾਂ ਚੌਧਰੀ ਸੀ ਉਸ ਵਕਤ ਦੇ, ਉਹਨਾਂ ਨੂੰ ਆਖਿਆ ਉਹਨੂੰ ਸੱਦ ਕੇ. ਅੱਛਾ ਮੈਨੂੰ ਇਹ ਦੱਸੋ ਜਿਹੜਾ ਪਟਵਾਰੀ ਸੀ ਉਹ ਮੁਸਲਮਾਨ ਸੀ, ਸਿੱਖ ਸੀ, ਹਿੰਦੂ ਸੀ? ਹਿੰਦੂ ਸੀ ਜੀ.
देखो एक गल, बहुत ज़्यादा सारे लोग कहते हैं, मैं थोड़ी गल कट रहा वहाँ कि बहुत ज़्यादा सारे लोग कहते हैं कि मुस्लिम्स नू फोर्स नहीं किया गया, उन्होंने धक्काशाही नहीं की गई। यह देख लो एक बिटर ट्रूथ और प्राइमरी सोर्स जोड़े ने मौजूद ने कि उन्होंने इन्हों भी धक्का मिले उतों उतों पटवारी ने जाके क्या अगर इतने इज्जत के नाल नहीं जाओगे तो लोग थानू धक्के दे के कट देंगे। बेशक इस वैसट पंजाब के भी इस तरह धक्काशाही हुई, लेकिन अज आ प्राइमरी सोर्स के थ्रू देख लो, मैं बराबर गल जी है मैं उन्होंने को पूछ रहा, मैं खुद वो कोई ऐसी चीज़ जी ऐड नहीं कर रहा, क्योंकि मेरे अक्सर प्रोग्रामों तो बाद लोग करते हैं विचार करते हैं कि नहीं नहीं महान इंडिया के इंज नहीं सी हुंदा, महान भारत के इंज नहीं सी हुंदा, ए महान भारत तो उठ के आए ने इस पासे आए ने, और इन्हों भी उही बीती है जी इतों जाने वाले नाल सी, क्योंकि 50-50 वाला काम होया, कोई किसी ने घट नहीं की, इतों जाने वाले नाल घट नहीं हुई, उधरों आने वाले नाल भी घट कोई नहीं हुई है। फिर तुहानू उन्होंने जो पटवारियों ने दसिया, फिर जो दसिया कि इस वे मेरा प्यो तो मैं अभी मूंजी वढ़न चल गया, मूंजी वढ़ के डंगर पा लीए, जो सा गुआढ़ी से हमसाए थे उन्हें क्या पिघल हो गए थे की हो गया, अभी मूंजी क्यों वढ़ लें, ये खानी नहीं, ये बेचनी नहीं, एक नहर लगती। हाँ जी, जिस वक्त अच्छा उन्होंने हुक्का देता कि आज मियाँ तैयार हो जाओ, लागे जो जंगलों के गुजर से वह भी चंगे मालक से, उन्होंने पिंड आ गए। हाँ जी, जो कुकड़ शुकड़ हलाल कर रहा तो लिया, अमन अमान ना घरों निकले, गड्ढा जो के निकले, ठीक है, उन्हें बारह ही तारागढ़ पखो चक सैदीपुर पिंड बारह राजपूत का खून था जी, उ आ गए बल्ले बी बल्ले। थानू मतलब कि इन्ना सारा कुछ याद है कि बिल्कुल सुरत से, ठीक है, जिसलिए आ गए तो उन्होंने रल गए भी दुनिया च राजी है, इस वास्ते उन्होंने जल्द कंप बहुत व्डा बन गया, तो गांह जल्द आए हैं तो कठलौर के लागे चंगा भला वो पत्थर से लंघते जिते उज भी लंघनी पैंती थी, ठीक है, वो जल्द उज लंघनी थी उज लांघा ना दे उ रह पे बंदे भी खैर चला गए, कोई मारिया जे नहीं, मरिया जी भी नहीं, कोई प्या वे जे नहीं, फिर कुछ ही उतू फिर कठलौरी फसल फिर उजाड़ दी मुसलमान डंगर, कोई गड्ढे से कोई खाते सी कोई, उन्हें आख्या चले जो नेक नहीं जितना नहीं तो तुम रहन नहीं देना, कथलौरी जैलदार जी। अच्छा है जी जी, वो जी तुर पे आए तिमो आए आए रात लोग लंघे ना जी जी, बहुत बेड़िया सत जाए, एक थानेदार से टाली से चढ़िया था, हाँ जी, वो फायर करता जी, हाँ जी, अभी आ जिस वक्त दिन लंघते रहे जी जी, उन्होंने जिसे रात लंघ गई अजे सूर चढ़ता ही सी, सिख पै गए, कुछ मार दिते न, कुछ मर गए न, कुछ रुड़ गए न, कुछ दरिया च पार लग गए, ठीक हो गया, असी उंज लंघ गए जी जी साडा टब्बर। तुसी किन्नी क वड वड टोका अपनी अखां नाल देखी? असी ते देखी इन्नी है कि जिहड़ा परला बना सी ना उत्थे हाए ऐला लैला लैला हुंदी सी, ते लोकां दे खोले बुशकड़ियाँ ते लोकां दी चीजां सी आए दे जां मना मारना सी, ਟੂਬਾ ਪੈਸੇ ਲੈ ਕੇ ਖਾਸੇ ਉਹ ਜੀ ਨਾ ਟੂਬਾ ਛੂਬਾ ਲੈ ਕੇ ਜੇ ਆਏ ਅਸੀਂ, ਜਾਂ ਜਿਹੜੇ ਕੋਈ ਸਾਡੇ ਕੋਲ ਰੁਪਈਆ ਵੀ ਹੋਏਗਾ ਮੈਂ ਕਿਹੜਾ ਮਾਂ ਪਿਓ ਦੇ ਗਿਣਦਾ। ਹਾਂਜੀ, ਉਹ ਜਿਹਨਾਂ ਦੇ ਆ ਗਏ ਜਿਹੜੇ ਉੱਥੇ ਰਹਿ ਗਏ ਉਹਨਾਂ ਨੂੰ ਮਾਰਤਾ ਖੋਹ ਖਾ ਲਏ, ਉਹ ਫਿਰ ਕੋਈ ਨੱਚ ਕੇ ਦਰਿਆ ਚ ਬੜੇ ਜੀਵ ਭਿਆਉਣੇ, ਕੁਛ ਮਰ ਗਏ ਰੁੜ ਕੇ, ਕੋਈ ਪਾਰ ਲੱਗ ਗਏ, ਕੁਛ ਉੱਥੇ ਮਰ ਗਏ ਸਾਡੇ ਨਾਲ। ਇਹ ਹੋਇਆ ਤੁਹਾਨੂੰ, ਤੁਸੀਂ ਆਪਣੇ ਬੱਚ ਤੁਸੀਂ ਕੋਈ ਪੜ੍ਹੇ ਹੋਏ ਸਕੂਲੇ ਗਏ ਸੀ? ਇੱਕ ਦਿਨ, ਇੱਕ ਦਿਨ ਵੀ ਨਹੀਂ ਗਏ। ਅੱਛਾ, ਤੁਹਾਡੇ ਪਿੰਡ 'ਚ ਜਿਹੜੀ ਸੀ ਆਬਾਦੀ ਸਾਰੀ ਮੁਸਲਮਾਨਾਂ ਦੀ ਸੀ, ਸਿੱਖਾਂ ਦੀ, ਹਿੰਦੂਆਂ ਦੀ, ਕਿਹੜੀ 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 ਆਬਾਦੀ ਸੀ? ਸਾਡੇ ਪਿੰਡ ਮਾਛੇ ਸੀ, ਅੱਛਾ, ਚਮਾਰ ਸੀ ਜੀ, ਅਤੇ ਮੁਸਲਮਾਨ ਰਾਜਪੂਤ ਸੀ, ਰਾਜਪੂਤ, ਉਹ ਗੁਜਰਾਂ ਦਾ ਵੀ ਘਰ ਨਹੀਂ ਸੀ, ਠੀਕ ਹੈ। ਅਤੇ ਕੀ ਤੁਸੀਂ ਸਾਰੇ ਲੋਕਾਂ ਦੇ ਨਾਲ ਤੁਸੀਂ ਉੱਥੇ ਅਖਰ ਬੈਠਦੇ ਰਹੇ ਹੋ, ਉੱਠਦੇ ਰਹੇ ਹੋ, ਸਾਰੇ ਲੋਕ ਇਕੱਠੇ ਹੀ ਸਨ ਨਾ ਇੱਕ ਜਗ੍ਹਾ ਦੇ ਉੱਤੇ? ਬਿਲਕੁਲ। ਅਤੇ ਕੀ ਕੋਈ ਲੜਾਈ ਝਗੜਾ ਕੋਈ ਆਪਸ ਦੇ ਵਿੱਚ ਕੋਈ ਹੈ ਸੀ ਦਾਵਤ, ਕੋਈ ਆਪਸ ਇੱਕ ਦੂਜੇ ਨਾਲ ਕੋਈ ਨਫ਼ਰਤ ਸਿੱਖਾਂ ਨਾਲ ਕਿਸੇ ਨਾਲ ਵੀ? ਨਾ, ਪਿੰਡ ਦੀ ਵੀ ਨਹੀਂ ਸੀ, ਪਿੰਡ ਸਾਡਾ ਐਡਾ ਚੰਗਾ ਹੁਣ ਤੱਕ ਰਿਹਾ ਉੱਥੇ, ਕੋਈ ਗਾਲ ਕੱਢਣ ਤੱਕ ਇੱਕ ਦੂਜੇ ਨੇ ਗਾਲ ਕੱਢੀਏ ਤਾਂ ਲੋਕਾਂ ਸਿਆਣੇ ਆਖਣਾ ਹੋਇਓ ਉਹ ਭੈਣ ਚੋਦ ਮੁੰਡਾ ਕਿੱਦਾਂ ਜੰਮਿਆ, ਗਾਲ ਕੱਢ ਦਿੱਤੀ, ਐਡੇ ਸ਼ਰੀਫ ਜੇ ਲੋਕ ਸੀ, ਅਸੀਂ ਉਹਦੇ ਨਾਲ ਲੱਗਦੇ ਸੀ ਕਿ ਸਾਨੂੰ ਕੋਈ ਨਹੀਂ, ਸਿੱਖ ਸੀ ਸਾਡੇ ਲਾਗੇ, ਹੈਬੋ ਹੈਬੋ ਪਿੰਡ ਸੀ, ਉੱਥੋਂ ਦਾ ਚੂੜ ਸੀ, ਉਹ ਆਉਂਦਾ ਜਾਂਦਾ ਰਿਹਾ ਸਾਡੇ ਪਿੰਡ, ਉਹ ਆਖਰੀ ਵਕਤ ਇਮਾਨਦਾਰੀ ਦੀ ਗੱਲ ਹੈ, ਮੈਂ ਕਬਰ 'ਤੇ ਬੈਠਾ, ਹੁਣ ਸਾਨੂੰ ਝੂਠ ਬੋਲੀਏ, ਗੱਡੇ ਦੀ ਜੋੜੀ ਵੀ ਦੇਖ ਲਈ, ਇਹ ਮੇਰੀ ਲੈ ਜਾਓ ਤੁਹਾਡੀ ਮਾੜੀ ਆ, ਅਤੇ ਰੋਣ ਵੀ, ਵਾਹ ਕਿਆ ਰੋਣ, ਗੱਲ ਲੱਗ ਲੱਗ ਕੇ ਅਤੇ ਆਖਣ ਵੀ ਆਉਂ ਜਿਉਂ ਹੈ ਅਤੇ ਕਿਸੇ ਨਾਲ ਬਚਣਾ ਅਤੇ ਕਿਸੇ ਨਾਲ, ਅਤੇ ਕੜਾ ਪਾਇਆ ਇਹਦਾ ਇੱਥੇ
ਹਲਵੇ ਦਾ ਪੱਗ ਬੱਝੀ ਜਿਹਾ ਆ ਗਿਆ ਅਤੇ ਰੋਣ ਉਹ ਤੁਹਾਡੀ ਜਿਹੜੀ ਉਹਨੇ ਜੋੜੀ ਦਿੱਤੀ ਉਹ ਨਵੀਂ ਜੋੜੀ ਆਪਣੇ ਗੱਡੇ ਨੂੰ ਲਾ ਕੇ ਦਿੱਤੀ ਬਹਿ ਲੈ ਸਿੱਖ ਮੁਸਲਿਮ ਏਕਤਾ ਦੀ ਗੱਲ ਮੈਂ ਅਕਸਰ ਔਕਾਤ ਕਰਦਾ ਰਹਿੰਦਾ ਵਾਂ ਕਿ ਮੁਸਲਿਮ ਔਰ ਸਿੱਖਾਂ ਦਾ ਕੋਈ ਇੰਨਾ ਵਿਆਰ ਗੰਦਾ ਨਹੀਂ ਸੀ ਆਪਸ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਸੀ ਇੱਕ ਮੈਂ ਤਿੰਨ ਪ੍ਰੋਗਰਾਮ ਕੀਤੇ ਸਨ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਜ਼ਿਆਦਾ ਸਾਰੀਆਂ ਐਸੀਆਂ ਫੈਮਿਲੀਆਂ ਨੇ ਜਿਨ੍ਹਾਂ ਨੂੰ ਲਾਸਟ ਬਾਉਂਡਰੀਜ਼ ਤੱਕ ਜਿਹੜੇ ਸਿੱਖ ਵੀਰ ਨੇ ਉਹ ਛੱਡ ਕੇ ਗਏ ਨੇ ਬਾ ਹਿਫਾਜ਼ਤ ਔਰ ਰਸਤੇ ਦੇ ਵਿੱਚ ਕਈ ਵਾਰੀ ਆਪਣੇ ਹੀ ਸਿੱਖਾਂ ਭਰਾਵਾਂ ਨੂੰ ਉਹਨਾਂ ਨੂੰ ਮਾਰਨਾ ਪਿਆ ਮੁਸਲਮਾਨਾਂ ਦੀ ਹਿਫਾਜ਼ਤ ਵਾਸਤੇ ਮੇਰਾ ਸੈਲੂਟ ਹੈ ਉਹਨਾਂ ਨੂੰ ਮੇਰਾ ਸਲਾਮ ਹੈ ਉਹਨਾਂ ਲੋਕਾਂ ਨੂੰ ਕਿ ਜਿਨ੍ਹਾਂ ਲੋਕਾਂ ਨੇ ਇਹ ਸਰਵਿਸਿਜ਼ ਦਿੱਤੀ ਉਹਨਾਂ ਤੋਂ ਬਾਅਦ ਅੱਜ ਇੱਕ ਹੋਰ ਗੱਲ ਤੁਹਾਨੂੰ ਸਾਹਮਣੇ ਆ ਗਈ ਸਿੱਖ ਮੁਸਲਿਮ ਏਕਤਾ ਦੀ ਗੱਲ ਹੋ ਰਹੀ ਹੈ ਕਿ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਦੇ ਤਹਿਤ ਉਹਨਾਂ ਨੇ ਦੱਸਿਆ ਕਿ ਵੀ ਆਪਣੇ ਬਲਦਾਂ ਦੀ ਜੋੜੀ ਔਰ ਇੱਕ ਨਵਾਂ ਗੱਡਾ ਜਿਹੜਾ ਉਹ ਜੋਬ ਕੇ ਦਿੱਤਾ ਅਤੇ ਨਾਲ ਨਾਲ ਉਹ ਸਰਦਾਰ ਰੋਂਦਾ ਵੀ ਸੀ ਕਿ ਯਾਰ ਵੰਡ ਪੈ ਗਈ ਹੈ ਨਾ ਅਤੇ ਵੰਡ ਫਿਰ ਮੈਂ ਗੱਲ ਉਹੀ ਅੱਗੇ ਵੀ ਕਰ ਰਿਹਾ ਸੀ ਕਿ ਵੰਡ ਤਾਂ ਸਿਰਫ ਪੰਜਾਬੀਆਂ ਦੀ ਪਈ ਬਾਕੀ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਅੱਛਾ ਫਿਰ ਤੁਸੀਂ ਉਹ ਗੱਡਾ ਉਹ ਰੋਂਦਾ ਰਿਹਾ ਕੀ ਸਰਦਾਰ ਦਾ ਨਾਮ ਕੀ ਸੀ ਝੂੜ ਝੂੜ ਅੱਛਾ ਅਤੇ ਉਹ ਤੁਹਾਡਾ ਵੱਡਿਆਂ ਦਾ ਦੋਸਤ ਸੀ ਸਾਲ ਦੀ ਬੜੀ ਉਮਰ ਹੁੰਦੀ ਹੈ ਔਰ ਬੰਦੇ ਨੂੰ ਨਾਮ ਉਹ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਛੰਨਾ ਸੀ ਗਿਆਲਾ ਗਿਆਲਾ ਸੀ ਮੁੰਡਾ ਅੱਛਾ ਗਿਆਲਾ ਗਿਆਲਾ ਠੀਕ ਹੈ ਉਹ ਵੀ ਯਾਰ ਹੀ ਸੀ ਮਿਲਦੇ ਜਿਹੜੇ ਬੰਨੇ ਚੰਨੇ ਅੱਗ ਛੱਗ ਹਾਲ ਉਹਨਾਂ ਦਾ ਉੱਧਰ ਸੀ ਇੱਧਰ ਉੱਧਰ ਦੀ ਯਾਰ ਹੋਰ ਕੋਈ ਉਸ ਵਕਤ ਇਹ ਨਹੀਂ ਸੀ ਵੀ ਅਸੀਂ ਉਹਨਾਂ ਦੇ ਘਰ ਗਏ ਹਾਂ ਮੈਂ ਗਿਆ ਜਾਂ ਉਹ ਮੇਰੇ ਘਰ ਆਏ ਨੇ ਬੱਚੇ ਦਾ ਜੀ ਜੀ ਗੱਲ ਆ ਜਾਂਦੀ ਹੈ ਫਿਰ ਉਹੀ ਘੁੰਮ ਘੁੰਮਾ ਕੇ ਕਿ ਪੰਜਾਬੀਆਂ 'ਤੇ ਬੈਰ ਪੰਜਾਬੀਆਂ ਦੇ ਉੱਤੇ ਵੰਡ ਪੰਜਾਬੀਆਂ ਦੇ ਸੀਨੇ 'ਤੇ ਲੀਕ ਖੋਇਆ ਗਿਆ ਸਾਰਾ ਕੁਛ ਪੰਜਾਬੀਆਂ ਤੋਂ ਲਿਆ ਗਿਆ ਸਭ ਕੁਛ ਪੰਜਾਬੀਆਂ ਤੋਂ ਉਜੜੇ ਵੀ ਪੰਜਾਬੀ ਔਰ ਅੱਜ ਵੀ ਉੱਧਰ ਧੱਕਾ ਖਾਂਦੇ ਪੰਜਾਬੀ ਇੱਧਰ ਵੀ ਧੱਕਾ ਖਾਂਦੇ ਪੰਜਾਬੀ ਉਗਾਏ ਪੰਜਾਬ ਠੀਕ ਹੈ ਬਣਾਏ ਪੰਜਾਬ ਪ੍ਰੋਡਕਸ਼ਨ ਦੇ ਪੰਜਾਬ ਔਰ ਮਜ਼ੇ ਕਰਨ ਸਾਰੇ ਉੱਧਰ ਵੀ ਇਹੀ ਹਾਲ ਇੱਧਰ ਵੀ ਇਹੀ ਹਾਲ ਮੇਰਾ ਸਲਾਮ ਹੈ ਦੋਵਾਂ ਪਾਸੇ ਦੇ ਪੰਜਾਬ ਨੂੰ ਔਰ ਦੋਵਾਂ ਪਾਸਿਆਂ ਦੇ ਪੰਜਾਬੀਆਂ ਨੂੰ ਮੇਰਾ ਮਿਸ਼ਨ ਸਿਰਫ ਉਹੀ ਫਿਰ ਇੱਕ ਵਾਰੀ ਕਹਾਂਗਾ ਪਿਆਰ ਮੁਹੱਬਤ ਜਿੱਥੇ ਤੱਕ ਪਹੁੰਚ ਸਕੇ ਉੱਥੇ ਤੱਕ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਖੋਰੇ ਸੱਚ ਨਾਲ ਬਹੁਤ ਜ਼ਿਆਦਾ ਲੋਕਾਂ ਸਾਰੀਆਂ ਮੈਂ ਗੱਲਾਂ ਕੀਤੀਆਂ ਨੇ ਲੇਕਿਨ ਬਹੁਤ ਘੱਟ ਲੋਕਾਂ ਨਾਲ ਖੋਰੇ ਸੱਚ ਹੋਏ ਨੇ ਦੇਖੋ ਇਹਨਾਂ ਦਾ ਵੀ ਸੱਚ ਕਿੰਨਾ ਪਿਆਰਾ ਇਹਨਾਂ ਨੂੰ ਨਾ ਤਾਂ ਕਿਸੇ ਨੇ ਕੋਈ ਰਿਸ਼ਵਤ ਦਿੱਤੀ ਹੈ ਨਾ ਇਹਨਾਂ ਨੂੰ ਕੋਈ ਭੇਂਟ ਦਿੱਤਾ ਕੁਛ ਵੀ ਨਹੀਂ ਦਿੱਤਾ ਔਰ ਫਿਰ ਵੀ ਸੱਚੀਆਂ ਗੱਲਾਂ ਜਿਹੜੀਆਂ ਨੇ ਉਹ ਦਿਲ 'ਚੋਂ ਨਿਕਲਦੀਆਂ ਨੇ ਇਨਸਾਨ ਦੇ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਖੋਰੇ ਸੱਚ ਦੇ ਨਾਲ ਬਿਟਰ ਟਰੁੱਥ ਦੇ ਨਾਲ ਔਰ ਆਰਕਾਈਵ 1947 ਦੇ ਨਾਲ ਤਦ ਤੱਕ ਅਸਲਾਮ ਵਾਲੇਕੁਮ।